ਸਾਤ ਸੰਗਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਆਪਾਂ ਸਾਰੇ ਜਾਣਦੇ ਆਂ ਕੁਝ ਸਪੀਚਾਂ ਕੁਝ ਵੀਡੀਓ ਆਪਾਂ ਉਹਨਾਂ ਦੀਆਂ ਸੁਣੀਆਂ ਹੋਣਗੀਆਂ ਤੇ ਸਾਤ ਸੰਗਤ ਅੱਜ ਕੁਝ ਲੋਕ ਪਾਵੇਂ ਕੁਝ ਸਮੇਂ ਤੋਂ ਪਿੱਛੇ ਵੀ ਕਿੰਤੂ ਕਰਦੇ ਆ ਰਹੇ ਨੇ ਉਹਨਾਂ ਦਾ ਇੱਕੋ ਹੀ ਮਕਸਦ ਹੈ ਮੈਂ ਨਾ ਮੰਨੂ ਬਸ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਸੱਚ ਬਿਆਨ ਕਰਦੇ ਨੇ ਪਤਾ ਉਹ ਲੋਕ ਕੀ ਕੀ ਲਾਂਚਨ ਲਾਉਂਦੇ ਨੇ ਕੀ ਕੀ ਗੱਲਾਂ ਕਰਦੇ ਨੇ ਸੋ ਵੈਸੇ ਉਹਨਾਂ ਚੀਜ਼ਾਂ ਦਾ ਕੋਈ ਮਹੱਤਵ ਨਹੀਂ ਹੈ ਪਰ ਫਿਰ ਵੀ ਜਦੋਂ ਬਹੁਤ ਸਾਰਾ ਗਲਤ ਪ੍ਰਚਾਰ ਹੋਣ ਲੱਗ ਜਾਏ ਤੇ ਕੁਝ ਚੀਜ਼ਾਂ ਸਾਫ਼ ਕਰ ਦੇਣੀਆਂ ਸਹੀ ਹੁੰਦੀਆਂ ਨੇ ਸੋ ਪਿਆਰਿਓ ਅੱਪਾ ਇਥੇ ਜਰੂਰ ਸਮਝਾਂਗੇ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਅਸਲ ਸੱਚ ਕੀ ਸੀ ਪਹਿਲਾਂ ਤਾਂ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿਹੜੇ ਨੇ ਨਾ ਉਹ ਇੱਕ ਗੁਰਬਾਣੀ ਪੜਨ ਵਾਲੀ ਰੂਹ ਸੀ ਸੱਚਮੁੱਚ ਗੁਰੂ ਨਾਲ ਜੁੜੇ ਹੋਏ ਇਨਸਾਨ ਸੀ ਠੀਕ ਹੈ ਉਹ ਅਜ ਨਹੀਂ ਰਹੇ ਉਹ ਸਾਡੇ ਵਿੱਚੋਂ ਜਾ ਚੁੱਕੇ ਨੇ ਪਰ ਕਈ ਜਿਹੜੇ ਸਾਡੇ ਭਾਈਚਾਰਾ ਲੋਕ ਹੈ ਇਹ ਮੰਨਣ ਦੇ ਲਈ ਤਿਆਰ ਨਹੀਂ ਹੈ ਕਿ ਉਹ ਸਾਡੇ ਵਿੱਚੋਂ ਨਹੀਂ ਗਏ ਸਾਧ ਸੰਗਤ ਉਹ ਤੇ ਸਾਡੇ ਵਿੱਚ ਮੌਜੂਦ ਨੇ ਇਹ ਕਹਿੰਦੇ ਨੇ ਮੈਂ ਬੇਨਤੀ ਕਰਾਂ ਭਾਵੇਂ ਇਹ ਗੱਲ ਕਿਸੇ ਨੂੰ ਕੌੜੀ ਲੱਗੇ ਸਾਧ ਸੰਗਤ ਕਿ ਇਹਨਾਂ ਸਭ ਕੁਝ ਹੋ ਗਿਆ ਜੇ ਬਾਬਾ ਜਰਨੈਲ ਸਿੰਘ ਜੀ ਕਿਤੇ ਵੀ ਹੁੰਦੇ ਕਹਿੰਦੇ ਜੋ ਬਿਰਧ ਹੋ ਚੁੱਕੇ ਨੇ ਮੈਂ ਕਹਿੰਦਾ ਵੀ ਤੁਸੀਂ ਕਿਸੇ ਨੇ ਦੇਖੇ ਇੰਨਾ ਸਭ ਕੁਝ ਹੋ ਗਿਆ ਕੀ ਗੱਲ ਉਹ ਆਉਂਦੇ ਨਾ ਜੇ ਕਿਸੇ ਨੇ ਮੜੀ ਜੀ ਵੀ ਗੁਰੂ ਦੀ ਬੇਅਦਬੀ ਕੀਤੀ ਉਹਨਾਂ ਦੇ ਸਰੀਰ ਰੂਪ ਦੇ ਵਿੱਚ ਹੁੰਦਿਆਂ ਤੇ ਉਹਨਾਂ ਨੇ ਘੋਲ ਨਹੀਂ ਕੀਤੀ ਉਹਦਾ ਸੋਧਾ ਲਾ ਦਿੱਤਾ ਉਹਨੂੰ ਚਾੜਾ ਛਕਾਇਆ ਤੇ ਅੱਜ ਇੰਨਾ ਸਭ ਕੁਝ ਹੋ ਗਿਆ ਕਿ ਬਾਬਾ ਜਰਨੈਲ ਸਿੰਘ ਜੀ ਚੁੱਪਚਾਪ ਬੈਠੇ ਨੇ ਠੀਕ ਹੈ ਜੋ ਬਿਰਦਵੀ ਹੋ ਗਏ ਨੇ ਉਹਨਾਂ ਦਾ ਪਰਿਵਾਰ ਨਹੀਂ ਇਹ ਗੱਲ ਮੰਨ ਰਿਹਾ ਉਹਨਾਂ ਦਾ ਪਰਿਵਾਰ ਕਹਿ ਰਿਹਾ ਵੀ ਹਾਂ ਉਹ ਸ਼ਹੀਦੀ ਪਾ ਗਏ ਪਰ ਅਸੀਂ ਅਸੀਂ ਕੀ ਆ ਜੀ ਅਸੀਂ ਮੰਨਣ ਦੇ ਲਈ ਤਿਆਰ ਹੀ ਨਹੀਂ ਆ ਅਸੀਂ ਅਸੀਂ ਕਹਿ ਰਹੇ ਆ ਨਹੀਂ ਜੀ ਉਹ ਤਾਂ ਹਲੇ ਜੀਪਤ ਨੇ ਜੀ ਉਹ ਪਾਕਿਸਤਾਨ ਦੇ ਵਿੱਚ ਬੈਠੇ ਨੇ ਸਾਧ ਸੰਗਤ ਕਈਆਂ ਨੂੰ ਮੈਂ ਸਵਾਲ ਪੁੱਛਿਆ ਕਿ ਭਾਈ ਜੇ ਉਹ ਪਾਕਿਸਤਾਨ ਦੇ ਵਿੱਚ ਨੇ ਤਾਂ ਕਿੱਥੇ ਨੇ ਜਾਓ ਤੁਸੀਂ ਲੈ ਕੇ ਆਓ ਤੁਸੀਂ ਮਿਲੇ ਉਹਨਾਂ ਨੂੰ ਜਾ ਕੇ ਕਹਿੰਦੇ ਜੀ ਨਾ ਅਸੀਂ ਮਿਲੇ ਤਾਂ ਨਹੀਂ ਸਾਰ ਸੰਗਤ ਵੈਸੇ ਹੀ ਬਿਨਾ ਗੱਲੋਂ ਗੱਲਾਂ ਕਰ ਦੇਣੀਆਂ ਸੌਖੀਆਂ ਹੁੰਦੀਆਂ ਨੇ ਗੱਲਾਂ ਕਰਨ ਨੂੰ ਬਹੁਤ ਨੇ ਗੱਲਾਂ ਕਰਨ ਨੂੰ ਬਹੁਤ ਜ਼ਿਆਦੇ ਨੇ ਗੱਲਾਂ ਤਾਂ ਅਸੀਂ ਜਿੰਨੀਆਂ ਮਰਜ਼ੀ ਕੱਢ ਲਈਏ ਉਹਨਾਂ ਦਾ ਪਰਿਵਾਰ ਨਹੀਂ ਮੰਨ ਰਿਹਾ ਪਰਵਾਰ ਕਹਿ ਰਿਹਾ ਵੀ ਹਾਂ ਉਹਨਾਂ ਦੀ ਸ਼ਹੀਦੀ ਹੋ ਗਈ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਭਾਰ ਭਰਾ ਨੇ ਭਰਾਤਾ ਸ੍ਰੀ ਉਹ ਕਹਿੰਦੇ ਵੀ ਹਾਂ ਸੱਚ ਹੈ ਜੀ ਤੇ ਅਸੀਂ ਅਸੀਂ ਮੰਨ ਨਹੀਂ ਰਹੇ ਅਸੀਂ ਕਹਿੰਦੇ ਨਹੀਂ ਜੀ ਐ ਥੋੜਾ ਹੁੰਦਾ ਜੀ ਐ ਤਾਰੀ ਹੋ ਹੀ ਨਹੀਂ ਸਕਦਾ ਜੀ 사ਤ ਸੰਗਤ ਇਸ ਕਰਕੇ ਉਹਨਾਂ ਦੀ ਸ਼ਹੀਦੀ ਦੇ ਉੱਤੇ ਕਿੰਤੂ ਕਰਨਾ ਹੈ ਜਿਹੜੇ ਕਹਿੰਦੇ ਨੇ ਅਸੀਂ ਨਹੀਂ ਮੰਨਦੇ ਵੀ ਉਹ ਸ਼ਹੀਦ ਹੋ ਗਏ ਆ ਵਰਸੀ ਵੀ ਹੁਣ ਮਨਾਉਣ ਲੱਗੇ ਆ ਜੀ ਪਹਿਲਾਂ ਤਾਂ ਇਹਨਾਂ ਨੇ ਇਹੀ ਕਹਿ ਕੇ ਰੱਖਿਆ ਕਸੂਰ ਇਹਨਾਂ ਦਾ ਵੀ ਨਹੀਂ ਸਰਕਾਰਾਂ ਨੇ ਇਹੋ ਕੁਝ ਸਾਨੂੰ ਜਣਾ ਕੇ ਰੱਖਿਆ ਅਖਬਾਰਾਂ ਦੇ ਵਿੱਚ ਖਬਰਾਂ ਦਿੱਤੀਆਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਕਹਿੰਦੇ ਜੇ ਉਹ ਤਾਂ ਪਾਕਿਸਤਾਨ ਚਲੇ ਗਏ ਜੀ ਉਹ ਪਾਕਿਸਤਾਨ ਬਾਰਡਰ ਪਾਸ ਕਰ ਗਏ ਜੀ ਉਹ ਟੀਵੀ ਤੇ ਆਉਣਗੇ ਜੀ ਉਹ ਐ ਹੋਏਗਾ ਜੀ ਲੋਕਾਂ ਦੇ ਵਿੱਚ ਇਹ ਗੱਲ ਸਾਬਤ ਕਰਤੀ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਗਈ ਕਿ ਉਹ ਦੁਨੀਆ ਨੂੰ ਛੱਡ ਕੇ ਸੰਗਤ ਨੂੰ ਛੱਡ ਕੇ ਚੁੱਪਚੀ ਪੀਤੇ ਵਿੱਚੋਂ ਨਿਕਲ ਗਏ ਤੇ ਉਹਨਾਂ ਨੇ ਸੰਗਤ ਨੂੰ ਮਰਵਾ ਦਿੱਤਾ ਇਹ ਇਲਜ਼ਾਮ ਉਹਨਾਂ ਤੇ ਥੋਪਣ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਇੰਦਰਾ ਗਾਂਧੀ ਦੇ ਵੱਲੋਂ ਸਾਡੇ ਲੋਕ ਪਤਾ ਕੀ ਹੈ ਕੁਝ ਕਹਿੰਦੇ ਉਹ ਤਾਂ ਜੀ ਇੰਦਰਾ ਗਾਂਧੀ ਦੀ ਬੰਦੇ ਸੀ ਇੰਦਰਹਾ ਗਾਂਧੀ ਦੇ ਬੰਦੇ ਸੀ ਫਿਰ ਉਹ ਇਦਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਦੇ ਵਿੱਚ ਭਰੋਸਾ ਕਰਕੇ ਬੈਠ ਗਏ ਧ੍ਰੜ ਹੋ ਗਏ ਤੇ ਸਰਕਾਰਾਂ ਦੇ ਬੰਦੇ ਐ ਤਾਂ ਨਹੀਂ ਕਰਦੇ ਹੁੰਦੇ ਸਾਡੇ ਲੋਕ ਪਤਾ ਕੀ ਹੈ ਕਈ ਵੀਡੀਓ ਪਾ ਰਹੇ ਨੇ ਪਿੰਡਾਂ ਵਾਲਿਆਂ ਦਾ ਅਸਲ ਸੱਚ ਕੀ ਹੈ ਸੱਚ ਸੱਚ ਕੀ ਹੋਣਾ ਜੀ ਸੱਚ ਤੇ ਉਹੀ ਹੈ ਜੋ ਸੱਚ ਹੈ ਜੋ ਸਾਡੇ ਸਾਹਮਣੇ ਹੈ ਕੋਈ ਅਲੱਗ ਤੋਂ ਸੱਚ ਤਾਂ ਨਹੀਂ ਹੈਗਾ ਕੋਈ ਅਲੱਗ ਤੋਂ ਚੀਜ਼ ਤਾਂ ਨਹੀਂ ਹੈਗੀ ਸਾਧ ਸੰਗਤ ਅਸੀਂ ਕਿੱਥੇ ਕੋ ਫਿਰ ਰਹੇ ਆ ਕਿਹੜੀਆਂ ਗੱਲਾਂ ਕਿਹੜੀਆਂ ਬਾਤਾਂ ਅਸੀਂ ਕਰਦੇ ਜਾ ਰਹੇ ਆ ਸੋ ਸਾਧ ਸੰਗਤ ਕੁਝ ਨਾ ਕੁਝ ਸੋਚ ਕਰੀਏ ਕੁਝ ਵਿਚਾਰ ਕਰੀਏ ਭਾਈ ਕੋਈ ਫਾਇਦਾ ਨਹੀਂ ਨਾ ਚੀਜ਼ਾਂ ਦਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਅਸਲ ਸੱਚ ਇਹ ਵੇ ਪਿਆਰਿਓ ਯਾਦ ਰੱਖਿਓ ਕਿ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਨੇ ਉਹ ਸ਼ਹੀਦੀ ਪਾ ਚੁੱਕੇ ਨੇ ਉਹ ਇੱਥੇ ਨਹੀਂ ਨੇ ਅੱਜ ਕਈ ਦਿਨ ਹੋ ਗਏ ਮੈਨੂੰ ਇੱਕ ਵੀਰ ਕੁਝ ਕਟਿੰਗ ਦਿਖਾ ਰਿਆ ਸੀ ਅਖਬਾਰ ਦੀ ਕਿੰਨਾ ਭਾਈ ਸਾਹਿਬ ਜੀ ਆ ਦੇਖੋ ਉਹਦੇ ਵਿੱਚ ਲਿਖਿਆ ਹੋਇਆ ਸੀ ਭਿੰਡਰਾਂ ਵਾਲਾ ਅਭੀ ਵੀ ਜ਼ਿੰਦਾ ਹੈ ਭਿੰਡਰਾਂ ਵਾਲਾ ਵੀ ਜ਼ਿੰਦਾ ਹੈ ਸਾਥ ਸੰਗਤ ਮੈਂ ਉਹਨੂੰ ਇਹ ਗੱਲ ਦੱਸੀ ਕਿ ਭਾਈ ਇਹ ਜਿਹੜੀ ਕਟਿੰਗ ਹੈ ਅਖਬਾਰ ਦੀ ਇਹ ਬਹੁਤ ਪੁਰਾਣੀ ਹੈ ਇਹ ਅੱਜ ਦੀ ਨਹੀਂ ਉਹ ਕਹਿੰਦਾ ਅੱਛਾ ਜੀ ਮੈਂ ਤਾਂ ਕਹਿੰਦਾ ਸੱਚ ਮੰਨ ਗਿਆ ਸੀ ਜੀ ਵੀ ਇਹ ਅੱਜ ਦੀ ਆ ਮੈਂ ਤਾਂ ਸੱਚ ਮੰਨ ਗਿਆ ਸੀ ਜੀ ਵੀ ਇਹ ਅੱਜ ਦੀ ਆ ਵੀ ਸ਼ਾਇਦ ਹੁਣ ਦੀ ਆ ਵੀ ਉਹ ਆ ਰਹੇ ਨੇ ਮੈਂ ਕਹਾਂ ਨਹੀਂ ਨਹੀਂ ਉਹ ਇਹ ਅੱਜ ਦੀ ਨਹੀਂ ਹੈ ਇਹ ਭੁਲੇਖਾ ਹੈ ਸਾਡੇ ਲੋਕਾਂ ਨੂੰ ਕੁਝ ਚੀਜ਼ਾਂ ਜਾਣ ਬੁੱਝ ਕੇ ਦਿੱਤੀਆਂ ਜਾਂਦੀਆਂ ਨੇ ਵੀ ਇਹ ਲੋਕ ਆਪ ਹੀ ਆਪਸ ਦੇ ਵਿੱਚ ਲੜਦੇ ਰਹਿਣ ਆਪਸ ਦੇ ਵਿੱਚ ਉਲਝਦੇ ਰਹਿਣ ਤੇ ਆਪਸ ਦੇ ਵਿੱਚ ਆਪ ਹੀ ਇਹ ਲੋਕ ਜਿਹੜੇ ਨੇ ਉਹ ਸਲਾਹਾਂ ਘਟਦੇ ਰਹਿਣ ਇਹ ਜਾਣ ਬੁੱਝ ਕੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਸਾਰ ਸੰਗਤ ਜਾਣ ਬੁੱਝ ਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਾਣ ਬੁੱਝ ਕੇ ਰਾਜਤਾ ਜਿਹੜਾ ਹੈ ਉਹ ਫਲਾਇਆ ਜਾਂਦਾ ਕਿ ਲੋਕ ਜਿਹੜੇ ਨੇ ਖੁਦ ਆਪ ਹੀ ਮਰਦੇ ਰਹਿਣ ਸੋ ਪਿਆਰਿਓ ਅੱਜ ਕਿਹੜੇ ਲੋਕਾਂ ਨੂੰ ਸ਼ੱਕ ਹੈ ਵੀ ਭਿੰਡਰਾਂ ਵਾਲਾ ਜਿਉਂਦਾ ਜੀ ਭਿੰਡਰਾਂ ਵਾਲੇ ਇੰਜ ਜੀ ਇੰਜ ਐਵੇਂ ਜੀ ਸਾਥ ਸੰਗਤ ਉਹ ਸ਼ਹੀਦੀ ਪਾ ਚੁੱਕੇ ਨੇ ਭਾਈ ਉਹ ਇੱਥੇ ਨਹੀਂ ਨੇ ਤੇ ਅਸੀਂ ਲੋਕਾਂ ਦੇ ਬਹਿਕਾਵੇ ਵਿੱਚ ਏਜੰਸੀਆਂ ਦੇ ਬਹਿਕਾਵੇ ਵਿੱਚ ਅਸੀਂ ਨਾ ਆਈਏ ਤੇ ਅੱਜ ਕਈ ਲੋਕ ਸਾਡੇ ਇਹੋ ਜਿਹੇ ਨੇ ਜਿਹੜੇ ਆਮ ਲੋਕਾਂ ਨੂੰ ਕਹੀ ਜਾਂਦੇ ਵੀ ਇਹ ਭਿੰਡਰਾਂ ਵਾਲਾ ਆ ਗਿਆ ਜੀ ਐ ਆ ਗਿਆ ਜੀ ਨਹੀਂ ਪਿਆਰਿਓ ਉਹ ਸ਼ਖਸੀਅਤ ਹੋਰ ਸੀ ਹਾਂ ਠੀਕ ਹੈ ਅਸੀਂ ਉਹਨਾਂ ਦੀ ਰੀਸ ਕਰ ਸਕਦੇ ਹਾਂ ਉਹਨਾਂ ਦੀ ਕਾਪੀ ਕਰ ਸਕਦੇ ਹਾਂ ਭਾਈ ਅਮਰਿਤਪਾਲ ਸਿੰਘ ਵਰਗੇ ਜਿਹੜੇ ਸਿੰਘ ਨੇ ਜਾਂ ਸਾਡੇ ਹੋਰ ਕਈ ਜਿਹੜੇ ਯੋਧੇ ਨੇ ਹਾਂ ਅਸੀਂ ਆਪਣਾ ਹੱਕ ਮੰਗਾਂਗੇ ਤੇ ਰੀਸ ਉਹਨਾਂ ਦੀ ਕਰ ਸਕਦੇ ਹਾਂ ਤੇ ਪਿਆਰਿਓ ਪਰ ਉਹਨਾਂ ਵਰਗਾ ਬਣਨਾ ਉਹ ਉਹੀ ਸੀ ਇਹ ਸੌਖਾ ਨਹੀਂ ਉਹਨਾਂ ਵਰਗਾ ਬਣਨਾ ਮੈਂ ਇਸ ਗੱਲ ਦੇ ਉੱਤੇ ਕਿੰਤੂ ਨਹੀਂ ਕਰ ਰਿਹਾ ਜੋ ਸੱਚ ਹੈ ਉਹ ਸੱਚ ਨੂੰ ਬਿਆਨ ਕਰ ਰਿਹਾ ਹਾਂ ਵੀ ਕਈ ਵਾਰੀ ਅਸੀਂ ਇਹੋ ਜਿਹੀਆਂ ਬਿਆਨਵਾਜ਼ੀਆਂ ਕਰ ਜਾਂਦੇ ਆ ਜੋ ਸਹੀ ਨਹੀਂ ਹੁੰਦੀਆਂ ਸਾਧ ਸੰਗਤ ਜਿਨ੍ਹਾਂ ਤੇ ਇੱਕ ਵਾਰੀ ਬੋਲਣ ਤੋਂ ਪਹਿਲਾਂ ਜੇ ਸੋਚ ਲਿਆ ਜਾਵੇ ਤਾਂ ਬੜਾ ਚੰਗਾ ਹੋਵੇਗਾ ਜਿਨ੍ਹਾਂ ਤੇ ਬੋਲਣ ਤੋਂ ਪਹਿਲਾਂ ਜੇ ਵਿਚਾਰ ਲਿਆ ਜਾਵੇ ਤੇ ਬੜਾ ਚੰਗਾ ਹੋਵੇਗਾ ਪਿਆਰਿਓ ਇਸ ਕਰਕੇ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਵੀ ਪਹਿਲਾਂ ਤੋਲੋ ਫਿਰ ਬੋਲੋ ਤੇ ਕਈ ਵਾਰੀ ਬਿਨਾ ਮਤਲਬ ਦੀ ਕੀਤੀ ਹੋਈ ਗੱਲ ਬੰਦੇ ਦਾ ਕੱਦ ਛੋਟਾ ਕਰਕੇ ਰੱਖ ਦਿੰਦੀ ਹੈ ਵਸੇ ਇਹ ਇਹਨਾਂ ਬੇਨਤੀਆਂ ਨੂੰ ਸਮਝ ਲਿਓ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ